ਚਾਹੇ ਸੁਖਬੀਰ ਹੋਏ ਚਾਹੇ ਵਿਕਰਮ ਹੋਏ, ਦੇਰ ਰਾਤੀ ਮੇਰੇ ਘਰ ਆ ਜਾਂਦੇ ਸਨ, ਲੈਂਡਲਾਈਨ ਤੇ ਫੋਨ ਕਰਦੇ ਸਨ, ਸਾਡਾ ਅਰੈਸਟ ਵਾਰੰਟ ਤੇ ਨਹੀਂ ਹੋਇਆ। ਮੈਂ ਕਈ ਵਾਰੀ ਬਾਦਲ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ, ਬਾਕੀ ਜਿਹੜੇ ਪੋਲੀਟੀਸ਼ੀਅਨਸ ਹੈਗੇ ਨੇ ਉਹਨਾਂ ਨੂੰ ਵੀ ਬੇਨਤੀ ਮੈਂ ਹਮੇਸ਼ਾ ਕੀਤੀ ਸੀ ਕਿ ਜਿਹੜੀ ਸਹੀ ਗੱਲ ਹੈਗੀ ਉਹ ਕਰੋ, ਮੇਰਾ ਮੂੰਹ ਨਾ ਖੁਲਵਾਓ, ਬਾਦਲ ਪਰਿਵਾਰ ਦਾ ਬਾਈਕਆਊਟ ਕਰੋ, ਉਸ ਵੇਲੇ ਤੱਕ ਇਹਨਾਂ ਦੇ ਨਾਲ ਨਹੀਂ ਜਾਣਾ ਹੈਗਾ ਜਦੋਂ ਤੱਕ ਇਹ ਸੰਗਤਾਂ ਦੇ ਮੂਹਰੇ ਜਾ ਕਰਕੇ ਹੱਥ ਜੋੜ ਕੇ ਮਾਫੀ ਨਹੀਂ ਮੰਗਦੇ ਹੈਗੇ ਨੇ। ਸਾਬਕਾ ਡੀਜੀਪੀ ਪੰਜਾਬ ਸ਼ਸ਼ੀਕਾਂਤ ਨੇ ਖੋਲਿਆ ਬਾਦਲ ਪਰਿਵਾਰ ਦੇ ਖਿਲਾਫ ਮੋਰਚਾ। ਉਹਨਾਂ ਦੀ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਹੋ ਰਹੀ ਹੈ ਜਿਸ ਦੇ ਵਿੱਚ ਕਹਿ ਰਹੇ ਨੇ ਕਿ ਬਾਦਲ ਪਰਿਵਾਰ ਦਾ ਬਾਈਕਾਟ ਕਰਨਾ ਚਾਹੀਦਾ ਹੈ। ਸਾਬਕਾ ਡੀਜੀਪੀ ਪੰਜਾਬ ਨੇ ਕਿਹਾ ਹੈ ਕਿ ਜਿੰਨਾ 1984 ਦੇ ਵਿੱਚ ਕਾਂਗਰਸ ਦਿੱਲੀ ਦੇ ਦੰਗਿਆਂ ਦੇ ਜ਼ਿੰਮੇਵਾਰ ਹੈ, ਉਨਾ ਹੀ ਬਾਦਲ ਪਰਿਵਾਰ ਹੈ। ਹੁਣ ਮੈਂ ਚੁੱਪ ਨਹੀਂ ਬੈਠਾਂਗਾ। ਉਹਨਾਂ ਨੇ ਕਿਹਾ ਕਿ ਜਿਵੇਂ ਆਪਾਂ ਦਾਈ ਦੇ ਕੋਲੋਂ ਪੇਟ ਛੁਪਾ ਕੇ ਨਹੀਂ ਰੱਖ ਸਕਦੇ, ਉਸੇ ਤਰ੍ਹਾਂ ਮੇਰੇ ਢਿੱਡ ਦੇ ਵਿੱਚ ਵੀ ਬਾਦਲ ਪਰਿਵਾਰ ਦੇ ਬਹੁਤ ਸਾਰੇ ਰਾਜ ਨੇ। ਹੁਣ ਮੈਂ ਚੁੱਪ ਨਹੀਂ ਬੈਠਾਂਗਾ। ਸਾਬਕਾ ਡੀਜੀਪੀ ਪੰਜਾਬ ਨੇ ਮਨੁੱਖੀ ਅਧਿਕਾਰਾਂ ਲਈ ਹਮੇਸ਼ਾ ਮੈਂ ਬਚਨ ਵੱਧ ਰਹਾਂਗਾ। ਸੋਸ਼ਲ ਮੀਡੀਆ ਤੇ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਹ ਵੀਡੀਓ ਪੂਰੀ ਦੀ ਪੂਰੀ ਤੁਸੀਂ ਵੀ ਵੇਖ ਸਕਦੇ ਹੋ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਮੇਰੇ ਕੋਲ ਪਹਿਲੇ ਕੁਛ ਫੋਨ ਆਏ ਸਨ ਕਿ ਪ੍ਰੈਸ ਵਾਲੇ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੈਗੇ ਨੇ, ਇਹਦੇ ਬਾਅਦ ਮੈਂ ਕੁਛ ਹੋਰ ਗੱਲ ਨਹੀਂ ਕਹਿਣੀ। ਜਿਹੜੀ ਗੱਲ ਮੈਂ ਕਹਿ ਰਿਹਾ ਹੈਗਾ ਇੱਥੇ ਹੀ ਕਹਾਂਗਾ, ਜੇ ਨੋਟ ਕਰਨੀ ਹੈਗੀ ਕੋਈ ਇੱਥੇ ਹੈਗਾ ਨੋਟ ਕਰ ਲੇ, ਨਹੀਂ ਕਰਨੀ ਤਾਂ ਨਾ ਕਰੇ। ਅੱਜ ਦਾ ਜਿਹੜਾ ਇੱਥੇ ਇਕੱਠ ਹੈਗਾ ਹੈ, ਇਹਦੇ ਦੋ ਪਹਿਲੂ ਹੈਗੇ ਨੇ। ਇੱਕ ਪਹਿਲੂ ਹੈਗਾ ਹੈ ਧਾਰਮਿਕ ਪੰਥ ਦਾ, ਜਿਹਦੇ 'ਚ ਮੈਂ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦਾ, ਨਾ ਕਰਾਂਗਾ, ਨਾ ਉਹਦੇ ਬਾਰੇ ਮੈਂ ਕੁਛ ਕਹਾਂਗਾ। ਮੈਂ ਅੱਜ ਇੱਥੇ ਤੁਹਾਡੇ ਸਾਰਿਆਂ ਦੇ ਸਾਹਮਣੇ ਆਇਆ ਹੈਗਾ ਇੱਕ ਹਿਊਮਨ ਰਾਈਟਸ ਦਾ ਐਕਟੀਵਿਸਟ ਜਿਹੜਾ ਹੁੰਦਾ ਹੈ, ਮਨੁੱਖੀ ਅਧਿਕਾਰ ਦੇ ਬਾਰੇ ਜਿਹੜਾ ਕੋਈ ਲੜਾਈ ਕਰਦਾ ਹੈਗਾ ਹੈ, ਜਿੱਥੇ ਕੋਈ ਗਲਤ ਗੱਲ ਹੁੰਦੀ ਹੈਗੀ ਹੈ ਉੱਥੇ ਖੜ੍ਹਾ ਹੋ ਜਾਂਦਾ ਹੈਗਾ। ਮੈਂ ਹਮੇਸ਼ਾ ਖੜ੍ਹਾ ਹੁੰਦਾ ਰਿਹਾ ਹੈਗਾ ਅਤੇ ਅੱਜ ਵੀ ਮੈਂ ਇਸੇ ਲਈ ਤੁਹਾਡੇ ਸਾਰਿਆਂ ਦੇ ਸਾਹਮਣੇ ਹੈਗਾ। ਮੈਨੂੰ ਯਾਦ ਆਉਂਦਾ ਹੈਗਾ ਕਿਸੇ ਸਮਾਂ ਬਾਦਲ ਪਰਿਵਾਰ ਜਦੋਂ ਕਾਂਗਰਸ ਦਾ ਰਾਜ ਸੀ ਉਹਨਾਂ ਦੇ ਉੱਤੇ ਵੀ ਤਸ਼ੱਦਦ ਹੋ ਰਹੀ ਸੀ, ਚਾਹੇ ਸੁਖਬੀਰ ਹੋਏ ਚਾਹੇ ਵਿਕਰਮ ਹੋਏ, ਦੇਰ ਰਾਤੀ ਮੇਰੇ ਘਰ ਆ ਜਾਂਦੇ ਸਨ, ਲੈਂਡਲਾਈਨ ਤੇ ਫੋਨ ਕਰਦੇ ਸਨ, ਸਾਡਾ ਅਰੈਸਟ ਵਾਰੰਟ ਤੇ ਨਹੀਂ ਹੋਇਆ। ਉਸ ਵੇਲੇ ਮੈਂ ਉਹਨਾਂ ਦੇ ਨਾਲ ਖੜਿਆ ਸੀ ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਉਹਨਾਂ ਦੇ ਨਾਲ ਜਾਤੀ ਹੋ ਰਹੀ ਹੈਗੀ ਹੈ। ਪਰ ਅੱਜ ਜਿਹੜਾ ਇੱਥੇ ਹੋਇਆ ਹੈਗਾ ਕੱਲ ਰਾਤ ਅੱਜ ਸਵੇਰੇ, ਉਹ ਬਿਲਕੁਲ ਗਲਤ ਹੈਗਾ। ਉਹਦੀ ਮੈਂ ਨਿਖੇਧੀ ਕਰਦਾ ਹੋਇਆ ਕਹਿਣਾ ਹੈਗਾ, ਜਿੰਨੇ ਵੀ ਹਿਊਮਨ ਰਾਈਟਸ ਆਰਗਨਾਈਜੇਸ਼ਨਸ ਹੈਗੇ ਨੇ, ਜੇ ਉਹਨਾਂ ਦੇ ਵਿੱਚ ਕੋਈ ਅਣਖ ਬਾਕੀ ਹੈਗੀ ਹੈ ਤਾਂ ਸਾਹਮਣੇ ਆ ਜਾਣ, ਮੂਹਰੇ ਆ ਜਾਣ। ਨਾਲ ਮੈਂ ਗੱਲ ਕਰਨਾ ਚਾਹਾਂਗਾ ਸਰਕਾਰਾਂ ਦੀ। ਮੈਂ ਸਰਕਾਰੀ ਜਿਹੜਾ ਤੰਤਰ ਹੈਗਾ ਉਹਦੇ 'ਚ ਕਾਫੀ ਵਰੇ ਰਹਿ ਚੁੱਕਿਆ ਹੈਗਾ, 38-39 ਸਾਲ। ਮੈਂ ਕਈ ਵਾਰੀ ਬਾਦਲ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ, ਬਾਕੀ ਜਿਹੜੇ ਪੋਲੀਟੀਸ਼ੀਅਨਸ ਹੈਗੇ ਨੇ ਉਹਨਾਂ ਨੂੰ ਵੀ ਬੇਨਤੀ ਮੈਂ ਹਮੇਸ਼ਾ ਕੀਤੀ ਸੀ ਕਿ ਜਿਹੜੀ ਸਹੀ ਗੱਲ ਹੈਗੀ ਉਹ ਕਰੋ, ਮੇਰਾ ਮੂੰਹ ਨਾ ਖੁਲਵਾਓ। ਇਹ ਜਿਹੜੀ ਸਰਕਾਰਾਂ ਹੈਗੀਆਂ ਨੇ ਕਹਿੰਦੀ ਕੁਛ ਹੈਗੀਆਂ ਨੇ, ਕਰਦੀਆਂ ਕੁਛ ਹੈਗੀਆਂ ਨੇ। ਰਾਤੀ ਭਾਈ ਗੁਰਬਖਸ਼ ਸਿੰਘ ਨੂੰ ਇੱਥੋਂ ਕਿਉਂ ਉਠਾਇਆ ਗਿਆ, ਜਿਹੜੇ ਬੰਦੀ ਵੀਰ ਹੈਗੇ ਨੇ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈਗੀ ਹੈ, ਉਹਨਾਂ ਨੂੰ ਕਿਉਂ ਨਹੀਂ ਛੱਡਿਆ ਗਿਆ? ਉਹ ਗੁਜਰਾਤ ਵਿੱਚ ਦੂਜੀ ਸਟੇਟਾਂ ਦੇ ਵਿੱਚ ਹੈਗੇ ਨੇ ਜਿਨ੍ਹਾਂ ਦੇ ਬਾਰੇ
4 ਨਵੰਬਰ ਨੂੰ ਇੱਕ ਚਿੱਠੀ ਵੀ ਜਾਰੀ ਹੋਈ ਸੀ ਪਟਿਆਲਾ ਦੀ ਅਥਾਰਟੀਜ਼ ਵੱਲੋਂ ਕਿ ਜਿਹੜੇ ਬੁੜਿਆਲ ਜੇਲ੍ਹ ਦੇ ਵਿੱਚ ਹੈਗੇ ਨੇ ਨਾ ਛੱਡੇ ਜਾਣ। ਇੱਕ ਪਾਸੇ ਤੇ ਇਹ ਹੁੰਦਾ ਹੈਗਾ, ਚਿੱਠੀ ਜਾਂਦੀ ਹੈਗੀ ਹੈ ਲਿਖੀ ਹੋਈ ਕਿ ਨਾ ਛੱਡੇ ਜਾਣ, ਦੂਜੇ ਪਾਸੇ ਗੱਲ ਹੁੰਦੀ ਹੈਗੀ ਕਾਨੂੰਨੀ ਮੁਕਤੇ ਹੈਗੇ ਨੇ, ਕਾਨੂੰਨੀ ਨੁਕਤੇ ਹੈਗੇ ਨੇ, ਕਾਨੂੰਨੀ ਗੱਲਾਂ ਹੈਗੀਆਂ ਨੇ। ਕੀ ਕਾਨੂੰਨੀ ਗੱਲਾਂ ਹੈਗੀਆਂ ਨੇ ਜਦੋਂ ਬੰਦੇ ਦੀ ਸਜ਼ਾ ਪੂਰੀ ਹੋ ਚੁੱਕੀ ਹੈਗੀ ਹੈ। ਇੱਕ ਹੋਰ ਮੈਂ ਗੱਲ ਕਹਿਣਾ ਜਿਹਨੂੰ ਸੁਣ ਕੇ ਸ਼ਾਇਦ ਲੋਕ ਇੱਕ ਵਾਰੀ ਹਿੱਲ ਜਾਣ। 1982 ਦੇ ਵਿੱਚ ਮੈਨੂੰ ਪੰਜਾਬ ਸਟੇਟ ਤੋਂ ਦੇਸ਼ ਨਿਕਾਲਾ ਦਿੱਤਾ ਗਿਆ ਸੀ। ਉਸ ਵੇਲੇ ਦਰਬਾਰਾ ਸਿੰਘ ਦੀ ਕਾਂਗਰਸ ਦੀ ਸਰਕਾਰ ਸੀ, ਕਿਸੇ ਗੱਲ 'ਤੇ ਮੈਂ ਉਹਨਾਂ ਦੇ ਮੂਹਰੇ ਚੁੱਕਣ ਨੂੰ ਮਨਾ ਕਰ ਦਿੱਤਾ ਸੀ। ਮੈਨੂੰ ਹੁਕਮ ਹੋਇਆ ਸੀ ਕਿ 24 ਘੰਟੇ ਦੇ ਵਿਚਕਾਰ ਸਟੇਟ ਛੱਡ ਕੇ ਚਲੇ ਜਾਓ। ਔਰ ਜਿਹੜੇ ਅਧਾਰੇ ਵਿੱਚ, ਜਿਹੜੇ ਆਰਗਨਾਈਜੇਸ਼ਨ ਦੇ ਵਿੱਚ ਮੈਂ ਗਿਆ ਸੀ, ਉਹਨੂੰ ਕਹਿੰਦੇ ਨੇ ਇੰਟੈਲੀਜੈਂਸ ਬਿਊਰੋ, ਉਹਦੇ 'ਚ ਮੈਂ ਕੁਛ ਵਾਰੀ ਰਿਹਾ। ਅਤੇ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਦੱਸਣਾ ਹੈਗਾ ਹੈ, 84 ਦਾ ਜਦੋਂ ਦੰਗੇ ਹੋਏ ਹੈਗੇ ਨੇ, ਉਸ ਵੇਲੇ ਵੀ IB ਦੇ ਵਿੱਚ ਸੀ, ਇੰਟੈਲੀਜੈਂਸ ਬਿਊਰੋ ਦੇ ਵਿੱਚ ਸੀ। ਉਹਦੇ ਬਾਅਦ ਟੋੜਾ ਸਾਹਿਬ ਨੂੰ ਮਿਲਣ ਮੈਂ ਰਾਏਪੁਰ ਗਿਆ ਸੀ। ਕੌਣ ਬੰਦੇ ਅਸਲ ਜ਼ਿੰਮੇਦਾਰ ਸਨ? ਇੰਦਰਾ ਗਾਂਧੀ ਜ਼ਿੰਮੇਦਾਰ ਸੀ, ਹਾਂ ਸੀ। ਕਾਂਗਰਸ ਜ਼ਿੰਮੇਦਾਰ ਸੀ, ਹਾਂ ਸੀ। ਪਰ ਇਹਨਾਂ ਦੇ ਨਾਲ ਇੰਨਾ ਹੀ ਵੱਡਾ ਦੋਸ਼ ਬਾਦਲ ਸਾਹਿਬ ਦਾ ਹੈਗਾ ਹੈ। ਮੈਂ ਇੱਕ ਗੱਲ ਖੁੱਲ੍ਹਮ ਖੁੱਲ੍ਹਾ ਪੁਰਜ਼ੋਰ ਆਵਾਜ਼ 'ਚ ਕਹਿਣਾ ਹੈਗਾ ਹੈ, ਜਿੰਨਾ ਉਹਨਾਂ ਦੇ ਵੱਲੋਂ ਪ੍ਰੈਸ਼ਰ ਆਇਆ ਸੀ ਕਿ ਸੰਤਾਂ ਦੇ ਖਿਲਾਫ ਐਕਸ਼ਨ ਲਿੱਤਾ ਜਾਵੇ, ਆਪਰੇਸ਼ਨ ਬਲੂ ਸਟਾਰ ਹੋਏ, ਉਹ ਗੱਲ ਹੋਈ ਸੀ। ਔਰ ਅੱਜ ਮੈਨੂੰ ਦੋਸ਼ ਦਿੱਤਾ ਜਾਂਦਾ ਹੈਗਾ ਕਿ ਮੈਂ ਬਾਦਲਾਂ ਨਾਲ, ਸੋਰੀ ਕਿ ਮੈਂ ਸੰਤਾਂ ਦੀ ਗੱਲ ਕਰਨਾ ਹੈਗਾ, ਸੰਤ ਜੀ ਨਾਲ ਪਹਿਲੀ ਵਾਰੀ ਮੈਂ ਉਹਨਾਂ ਦੇ ਸੰਪਰਕ ਵਿੱਚ ਆਇਆ ਸੀ 1980 ਦੇ ਵਿੱਚ। 1983 ਦੇ ਵਿੱਚ ਨਾਲ ਮੈਂ ਰਿਹਾ, ਸੰਪਰਕ ਵਿੱਚ ਰਿਹਾ, ਆਫ ਐਂਡ ਆਨ ਲਗਾਤਾਰ ਨਹੀਂ। ਸੰਤ ਇੱਕੋ ਹੀ ਹੈਗੇ ਨੇ, ਪਾਕਿਸਤਾਨ ਦੇ ਸਾਰੇ ਫਰਜ਼ੀ ਹੈਗੇ ਨੇ, ਸੋਰੀ। ਉਹ ਜਿਹੜੇ ਸਨ, ਜਿਹੜੀ ਗੱਲਾਂ ਉਹਨਾਂ ਦੀ ਸਨ, ਉਹਨਾਂ ਨੇ ਜਿਹੜੀ ਗੱਲਾਂ ਵੀ ਕਹੀਆਂ, ਉਹਨਾਂ ਨੇ ਹਮੇਸ਼ਾ ਇੱਕ ਮਨੁੱਖੀ ਦੀ ਗੱਲ ਕੀਤੀ ਸੀ, ਜਿਹੜੀ ਹਿਊਮਨ ਵੈਲਿਊਜ਼ ਹੈਗੀਆਂ ਨੇ, ਜਿਹੜੇ ਸਾਰੇ ਧਰਮਾਂ ਦਾ ਨਿਚੋੜ ਹੈਗਾ, ਉਹ ਉਹਨਾਂ ਨੇ ਗੱਲ ਕੀਤੀ ਸੀ। ਉਹਨਾਂ ਦੇ ਬਾਅਦ ਕੀ ਹੋਇਆ ਕੀ ਨਹੀਂ ਹੋਇਆ ਉਹਦੇ ਬਾਰੇ ਮੈਂ ਕਿੰਤੂ ਪਰੰਤੂ ਨਹੀਂ ਕਰਾਂਗਾ। ਸਰਕਾਰਾਂ ਦੀ ਹੋਰ ਗੱਲ ਦੱਸਾਂ, ਮੈਂ ਮੁਹਿੰਮ ਸ਼ੁਰੂ ਕੀਤਾ ਨਸ਼ਿਆਂ ਦੇ ਖਿਲਾਫ 2011 ਦੇ ਵਿੱਚ, ਜਦੋਂ ਕਪੂਰਥਲਾ ਦੇ ਵਿੱਚ ਵਾਇਲੈਂਸ ਹੋਇਆ, ਜਦੋਂ ਜਿਸ ਰਾਤੀ ਉੱਥੇ ਵਾਇਲੈਂਸ ਹੋਇਆ, ਕਬੱਡੀ ਦਾ ਫਾਈਨਲ ਮੈਚ ਚੱਲ ਰਿਹਾ ਸੀ ਜਲੰਧਰ ਜਾਂ ਪਤਾ ਨਹੀਂ ਕਿੱਥੇ, ਬਾਰ ਬਾਰ ਬਾਦਲ ਸਾਹਿਬ ਦਾ ਫੋਨ ਆਉਂਦਾ ਸੀ, ਜੀ ਕਾਕਾ ਜੀ ਫੌਜ ਨੂੰ ਸੱਦ ਲਿਓ, ਇੱਕ ਬੰਦਾ ਵੀ ਜਿੱਥੇ ਮਰ ਗਿਆ ਸਾਡੀ ਸਰਕਾਰ ਦੀ ਬਦਨਾਮੀ ਹੋਏਗੀ। ਜੇ ਫੌਜ ਆ ਜਾਂਦੀ ਹੈਗੀ ਹੈ ਜੇਲ੍ਹ ਦੇ ਵਿੱਚ, ਜਿਹੜੇ ਰਾਈਟਸ ਹੋ ਰਹੇ ਨੇ, ਦੰਗੇ ਹੋ ਰਹੇ ਨੇ ਰੋਕਣ ਲਈ, ਉਹ ਗਲਤੀ ਉਸ ਵੇਲੇ ਸਰਕਾਰ ਦੀ ਨਹੀਂ ਹੁੰਦੀ ਹੈਗੀ ਹੈ। ਉਹੀ ਗੱਲ ਇਸ ਵੇਲੇ ਹੋ ਰਹੀ ਹੈਗੀ ਹੈ, ਜਿਹੜੇ ਬੰਦੇ, ਜਿਹੜੇ ਸਾਡੇ ਨੌਜਵਾਨ, ਜਿਹੜੇ ਸਾਡੇ ਸਿੱਖ ਜੇਲ੍ਹਾਂ 'ਚ ਹੈਗੇ ਨੇ, ਉਹਨਾਂ ਨੂੰ ਨਾ ਛੱਡੋ, ਤਾਂ ਕਿ ਅਕਾਲੀਆਂ ਦਾ, ਬਾਦਲ ਸਾਹਿਬ ਦਾ, BJP ਦੇ ਨਾਲ ਕੋਈ ਪ੍ਰੋਬਲਮ ਨਾ ਹੋ ਜਾਏ। ਉਹਨਾਂ ਨੂੰ ਚਾਹੀਦੀ ਹੈਗੀ ਹੈ, ਦਿਖਾਈ ਦਿੰਦੀ ਹੈਗੀ ਦਿੱਲੀ ਦੀ ਸੀਟ, ਜੇ NDA ਗਵਰਨਮੈਂਟ ਉੱਥੇ ਆ ਜਾਂਦੀ ਹੈਗੀ ਹੈ ਤੇ ਮੰਤਰੀ ਦਾ ਜਿਹੜਾ ਪਦ ਮਿਲੇਗਾ ਕਿਸੇ ਨੂੰ। ਪਰ ਮੈਂ ਇੱਕ ਗੱਲ ਕਹਿਣਾ ਹੈਗਾ, ਅੱਜ ਦੇ ਬਾਅਦ ਜੇ ਕੋਈ ਵੀ ਤੁਸੀਂ ਸਿੱਖ ਹੈਗੇ ਹੋ, ਜੇ ਵੀ ਕੋਈ ਆਪਣੇ ਧਰਮ ਨੂੰ ਮੰਨਦਾ ਹੈਗਾ, ਜੇ ਕੋਈ ਕਿਸੇ ਮਨੁੱਖੀ ਅਧਿਕਾਰਾਂ ਨੂੰ ਮੰਨਦਾ ਹੈਗਾ, ਬਾਦਲ ਪਰਿਵਾਰ ਦਾ ਬਾਈਕਆਊਟ ਕਰੋ। ਉਸ ਵੇਲੇ ਤੱਕ ਇਹਨਾਂ ਦੇ ਨਾਲ ਨਹੀਂ ਜਾਣਾ ਹੈਗਾ ਜਦੋਂ ਤੱਕ ਇਹ ਸੰਗਤਾਂ ਦੇ ਮੂਹਰੇ ਜਾ ਕਰਕੇ ਹੱਥ ਜੋੜ ਕੇ
ਮਾਫੀ ਨਹੀਂ ਮੰਗਦੇ ਹੈਗੇ ਨੇ। ਔਰ ਇਹ ਗੱਲ ਜਿਹੜੀ ਮੈਂ ਕਹਿ ਰਿਹਾ ਹੈਗਾ, ਸਵੇਰੇ ਮੈਂ ਇੱਥੇ ਆਇਆ ਸੀ, ਉਹਦੇ ਬਾਅਦ ਦੁਪਹਿਰੀ ਮੈਂ ਘਰ ਗਿਆ, ਮੇਰੀ ਵਾਈਫ, ਮੇਰੀ ਬੇਟਾ, ਮੇਰੀ ਬੇਟੀ ਸਾਰੇ ਉੱਥੇ ਸਨ। ਉਹਨਾਂ ਨੂੰ ਮੈਂ ਪੁੱਛਿਆ ਕਿ ਮੈਂ ਇਹ ਕਹਿਣ ਜਾ ਰਿਹਾ ਹੈਗਾ। ਇੰਸੀਡੈਂਟਲੀ ਸਵੇਰੇ ਮੈਂ ਆਪਣੀ ਮਦਰ ਨੂੰ ਮਿਲਣ ਜਾ ਰਿਹਾ ਸੀ ਕਰਨਾਲ 'ਚ, ਮੈਨੂੰ ਪਤਾ ਲੱਗਿਆ ਸੀ ਇਹ ਜਿਹੜੀ ਹੈਗੀ ਇਸ ਤਰ੍ਹਾਂ ਦੀ ਘਟਨਾ ਹੋਈ ਹੈਗੀ, ਮੈਂ ਵਾਪਸ ਆ ਗਿਆ। ਦੁਪਹਿਰੀ ਮੈਂ ਆਪਣੇ ਪਰਿਵਾਰ ਨੂੰ ਪੁੱਛਿਆ, ਮੈਂ ਕਿਹਾ ਹੋ ਸਕਦਾ ਹੈਗਾ ਸ਼ਾਮੀ ਤੱਕ ਕੱਲ੍ਹ ਕਿਸੇ ਵੇਲੇ ਮਨੂ ਦਾ ਚੱਕ ਲੈਣਗੇ, ਤੁਹਾਨੂੰ ਕੋਈ ਪ੍ਰੋਬਲਮ ਹੈਗੀ ਹੈ? ਇਹ ਉਹਨਾਂ ਨੇ ਕਿਹਾ ਕਿ ਹੋਣ ਦਿਓ, ਅਤੇ ਮੈਂ ਉਹਨਾਂ ਨੂੰ ਕਿਹਾ ਜੇ ਮੇਰਾ ਹੁੰਦਾ ਤਾਂ ਇਹੀ ਮੈਂ ਸਾਰੇ ਸਿੱਖਾਂ ਨੂੰ ਕਹਿਣਾ ਹੈਗਾ, ਮੇਰੀ ਬੇਲ ਕੋਈ ਨਹੀਂ ਕਰਾਏਗਾ, ਨਾ ਮੈਂ ਆਪਣੀ ਬੇਲ ਕਰਾਵਾਂਗਾ, ਨਾ ਕੋਈ ਇਨਸਾਨ, ਨਾ ਕੋਈ ਅਧਾਰਾ ਮੇਰੀ ਬੇਲ ਕਰਾਉਣ ਦੀ ਕੋਸ਼ਿਸ਼ ਕਰੇਗਾ। ਔਰ ਇਹ ਜਿਹੜੀ ਮੇਰੀ ਜੰਗ ਹੈਗੀ ਹੈ ਹੁਣ ਮਨੁੱਖੀ ਅਧਿਕਾਰਾਂ ਦੀ, ਮੈਂ ਧਾਰਮਿਕ ਗੱਲਾਂ ਨਹੀਂ ਕਰ ਰਿਹਾ ਹੈਗਾ, ਇਹ ਉਸ ਵੇਲੇ ਤੱਕ ਚੱਲੇਗੀ ਜਦੋਂ ਤੱਕ ਬਾਦਲ ਪਰਿਵਾਰ ਜਿਹੜਾ ਹੈਗਾ ਇਹਨਾਂ ਨੂੰ ਜੇ ਸੱਤਾ ਦਾ ਇਸ ਵੇਲੇ ਇੰਨਾ ਚਾਅ ਚੜਿਆ ਹੈਗਾ, ਜਿਹਦੇ 'ਚ ਅੰਨੇ ਹੋ ਗਏ ਹੈਗੇ ਨੇ, ਜਦੋਂ ਤੱਕ ਇਹਨਾਂ ਨੂੰ ਜਨਤਾ ਇਹ ਸੱਤਾ ਤੋਂ ਚੱਕ ਕੇ ਵਾਪਿਸ ਨਹੀਂ ਭੇਜ ਦਿੰਦੀ ਹੈਗੀ ਹੈ, ਜਦੋਂ ਤੱਕ ਫਿਰ ਲੋਕਾਂ ਨੂੰ ਫੋਨ ਨਹੀਂ ਕਰਨਗੇ, ਸਾਡੇ ਵਾਰੰਟ ਇਸ਼ੂ ਹੋ ਗਏ ਹੈਗੇ ਨੇ, ਸਾਨੂੰ ਕਿਤੇ ਜੇਲ੍ਹ 'ਚੋਂ ਤਾਂ ਨਹੀਂ ਪਾ ਕੇ ਰੱਖ ਦੇਣਗੇ, ਜਿਸ ਤਰ੍ਹਾਂ ਉਹ ਜਦੋਂ ਵੇਲਾ ਸੀ 80 ਦਾ, ਸੁਖਬੀਰ ਨੂੰ ਤਾਂ ਵਿਦੇਸ਼ ਭੇਜ ਦਿੱਤਾ ਸੀ ਕਿ ਤੇਰਾ ਕੁਛ ਨਾ ਹੋ ਜਾਏ ਕਾਕਾ। ਔਰ ਇੱਥੇ ਜਿਹੜੇ ਹੈਗੇ ਨੇ ਵੱਡੇ ਬਾਦਲ ਸਾਹਿਬ, ਭਾਰਤ ਸਰਕਾਰ ਦੇ ਨਾਲ ਮਿਲ ਕੇ, ਕਾਂਗਰਸ ਦੇ ਨਾਲ ਮਿਲ ਕੇ, ਉਹਨਾਂ ਨੇ ਜਿਹੜਾ 84 ਦੇ ਵਿੱਚ ਹੋਇਆ ਸੰਤਾਂ ਦੇ ਖਿਲਾਫ ਜਿਹੜਾ ਹੋਇਆ, 84 ਜਿਹੜਾ ਕੁਛ ਵੀ ਹੋਇਆ ਹੈਗਾ, ਉਹ ਕਹਾਣੀਆਂ ਬੁੰਦੇ ਰਹੇ। ਇਹ ਗੱਲਾਂ ਮੈਂ ਕਹਿ ਰਿਹਾ ਹੈਗਾ ਸਾਬਕਾ ਪੁਲਿਸ ਆਫਿਸਰ, ਸਾਬਕਾ ਇੰਟੈਲੀਜੈਂਸ ਆਫਿਸਰ, ਜੋ ਇੰਟੈਲੀਜੈਂਸ ਬਿਊਰੋ, ਪ੍ਰਾਈਮ ਮਿਨਿਸਟਰ ਆਫਿਸ, ਰੋ ਸਾਰੀ ਏਜੰਸੀ ਦੇ ਵਿੱਚ ਰਹਿ ਚੁੱਕਿਆ ਹੈਗਾ। ਔਰ ਇਹਦੇ 'ਤੇ ਹੋਰ ਵੀ ਗੱਲਾਂ ਹੈਗੀਆਂ ਨੇ, ਜਦੋਂ ADGP ਇੰਟੈਲੀਜੈਂਸ ਸੀ, ਅਤੇ ਜਿਸ ਤਰ੍ਹਾਂ ਕੋਈ ਮਦਰ ਹੁੰਦੀ ਹੈ, ਮਾਂ ਹੁੰਦੀ ਹੈ, ਜਦੋਂ ਆਪਣਾ ਢਿੱਡ ਨਹੀਂ ਛੁਪਾ ਸਕਦੀ ਹੈ ਦਾਈ ਕੋਲੋਂ, ਇਹਨਾਂ ਦਾ ਤਾਂ ਪੂਰਾ ਢਿੱਡ ਮੈਨੂੰ ਪਤਾ ਹੈਗਾ ਕੀ ਕੁਛ ਅੰਦਰ ਭਰਿਆ ਹੈਗਾ। ਉਹ ਗੱਲਾਂ ਆਉਣਗੀਆਂ, ਹੌਲੇ ਹੌਲੇ ਆਉਣਗੀਆਂ। ਜੇ ਤੁਹਾਡੇ 'ਚ ਕੋਈ ਅਣਖ ਬਾਕੀ ਹੈਗੀ ਹੈ, ਖੜ੍ਹੇ ਹੋ ਜਾਓ, ਹੁਣ ਨਹੀਂ ਬਹਿਣਾ ਹੈਗਾ, ਇਹਨਾਂ ਦਾ ਬਾਈਕਾਟ ਕਰੋ, ਇਹਨਾਂ ਨੂੰ ਤਾਕਤ ਤੋਂ ਕੱਢ ਕੇ ਬਾਹਰ ਕਰੋ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।